निश्चय कर अपनी जीत करो इसके मुताबिक अपन अडोलता नाल चलना चाहिए। क्या सत्येन गांधी की गल चली सी उन्होंने अज अखबारों लिखा है अगर पिंडरां वाले दे उदाले 10 सत्येन गन्ना वाले सन ते 11वीं सत्येन गन पिंडरां वाले दे आप दे हाथ च पकड़ी सी अन्यत तुसी मैनूं वेणिया किन्नियां सत्येन गन्ना मेरे कोल देखणियां मसला की है कि किस तरीके नाल ਉਹ ਅਸਰੇ ਨੂੰ ਪਿੰਡਰਾਂ ਵਾਲੇ ਦੇ ਨੇੜੇ ਟਿਕਾਇਆ ਜਾਵੇ। ਮੇਰੇ ਮਨ 'ਤੇ ਘਬਰਾਹਟ ਕੋਈ ਨਹੀਂ, ਇਸ ਗੱਲ ਦੀ ਚਿੰਤਾ ਕੋਈ ਨਹੀਂ। ਜੋ ਬਣਾਉਣਾ ਬਣਾਉਣ, ਪਰ ਸਬੂਤ ਦਿੱਤੇ ਤੋਂ ਪਤਾ ਲੱਗਣਾ ਵੀ ਉਹ ਭਾਰਤੀ ਲਿਖਣਾ। ਸੋ ਖਾਲਸਾ ਦੀ ਚੜ੍ਹਦੀ ਕਲਾ ਵਿੱਚ ਰਹਿਣਾ ਅਤੇ ਜਿਹੜੀਆਂ ਖਬਰਾਂ ਆਉਂਦੀਆਂ ਇਹਦੀ ਲੜ ਪਏ, ਇਹਦੀ ਸ਼ਾਂਤਮਈ ਆ। ਆਹ ਗਰਮ ਮੋਰਚੇ ਵਾਲੇ ਆਦਿ ਮੇਰੇ ਕੋਲ ਇੱਕ ਪ੍ਰੇਮੀ ਆਇਆ ਸੀ, ਬੜਾ ਵੱਡਾ ਅਖਬਾਰ ਵਾਲਾ, ਸੰਤਾਂ ਦੀ ਇੰਟਰਵਿਊ ਲੈ ਕੇ ਗਿਆ। ਮੈਨੂੰ ਕਹਿੰਦਾ ਜੀ ਚੌਂਕ ਨੂੰ ਨਰਮ ਦਲੀਏ ਕਹਿੰਦੇ ਆ, ਜੇ ਤੁਹਾਨੂੰ ਗਰਮ ਦਲੀਆਂ ਕਹਿੰਦੇ ਕਿਉਂ ਆ ਪੰਜਾਂ ਨੂੰ, ਨਰਮ ਦਲੀਆਂ ਦੀਆਂ ਮੰਗਾਂ ਹੋਰ ਹੈ ਅਤੇ ਗਰਮ ਦਲੀਆਂ ਦੀਆਂ ਹੋਰ ਹੈ, ਮੈਂ ਤੂੰ ਕੀ ਚਾਹੁੰਦਾ। ਕਹਿੰਦਾ ਜੀ ਜੇ ਨਰਮ ਦਲੀਆਂ ਦੀਆਂ ਮੰਗਾਂ ਮੰਨੀਆਂ ਜਾਣ ਫਿਰ ਤੁਹਾਡਾ ਕੀ ਖਿਆਲ ਹੈ। ਮੈਂ ਚਲੋ ਨਰਮ ਦਲੀਆਂ ਦੀਆਂ ਮੰਗਾਂ ਜਿਹੜੀਆਂ ਉਹ ਲਿਖ ਕੇ ਐਲਾਨ ਤਾਂ ਕਰ ਦਿਓ, ਉਹੀ ਮੰਨ ਲਓ। ਅਗੇ ਤੁਹਾਡਾ ਖਿਆਲ ਕੀ ਹੈ, ਮੈਂ ਤੇਰੇ ਹੱਥ 'ਚ ਕੀ ਹੈ, ਤੇਰੇ ਹੱਥ 'ਚ ਕਲਮ ਅਤੇ ਕਾਗਜ਼ ਕਾਲਾ ਕਾਲਾ ਕਰਨਾ, ਰੋਟੀ ਕਮਾਉਣੀ ਹੈ ਨਾ, ਕਿ ਫੈਸਲਾ ਤੇਰੇ ਹੱਥ ਵਿੱਚ। ਕਹਿੰਦੇ ਵੀ ਫੈਸਲਾ ਬੀਬੀ ਦੇ ਹੱਥ ਵਿੱਚ ਹੈ। ਮੈਂ ਮੇਰੇ ਬੀਬੀ ਜੀ ਪੁੱਛ ਲੂ ਠੰਡਿਆਂ ਅਤੇ ਗਰਮਾਂ ਨੂੰ ਦੱਸ ਦਿੰਦੇ ਤੈਨੂੰ ਕੀ ਲੋੜ ਹੈ। ਭਾਰਤ ਨਾਸਤਰਾਂ ਲਾ ਲਾ ਵੇਂਦੇ ਵੀ ਕਿਤੇ ਖੂਨ ਦੀ ਬੂੰਦ ਹੈਗੀ ਕਿ ਪਾਣੀ ਬਣ ਗਿਆ। ਸਰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ, ਕੋਈ ਅਖਬਾਰ ਵਿੱਚ ਕਿਹੋ ਜਿਹੀ ਖਬਰ ਦੇ ਜਾਂਦਾ, ਇਹ ਲੜ ਪਏ, ਇਹ ਝਗੜ ਪਏ, ਹੁਣ ਇੱਕ ਦੂਜੇ 'ਤੇ ਇਸ ਤਰ੍ਹਾਂ ਕਰਨਗੇ। ਰੱਤੀ ਮਾਤਰ ਚਿੰਤਾ ਨਾ ਕਰੋ, ਜਦੋਂ ਤੱਕ ਸੈਂਟਰ ਦੀਆਂ ਲਕੀਰਾਂ ਨਹੀਂ ਨਿਕਲਦੀਆਂ ਨੇ, ਨੱਕ ਚੰਗੀ ਤਰ੍ਹਾਂ ਨਹੀਂ ਰਗੜਦੇ, ਇਹ ਮੋਰਚਾ ਤਦੋਂ ਤੱਕ ਬੰਦ ਨਹੀਂ ਹੋਣਾ। ਇਹ ਪੂਰਨ ਨਿਸ਼ਚਾ ਰੱਖਿਓ। ਮੈਂ ਆਪਣੇ ਵੱਲੋਂ ਜਾਣ ਵਾਲੇ ਜਿੱਥੇ ਵਧਾਈ ਪੇਸ਼ ਕਰਦਿਆਂ, ਬੋਲਦਿਆਂ ਕੋਈ ਗਲਤੀ ਹੋ ਗਈ ਉਹ 'ਤੇ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ।